ਸਤਿ ਸ਼੍ਰੀ ਅਕਾਲ ਜੀ ਏ ਬੀ ਪੀ ਸਾਂਝਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸੋਚ ਰਹੇ ਹੋਗੇ ਮੈਂ ਕੌਣ ਆ, ਮੈਂ ਜੀ ਤੁਹਾਡਾ ਆਸ਼ੀਸ਼ ਕੁਮਾਰ ਜਿਹਨੇ ਡਾਇਰੈਕਟ ਕੀਤੀ ਹੈ ਫਿਲਮ ਚੇਤਾ ਸਿੰਘ। ਸਾਡੇ ਕਰੈਕਟਰ ਨੇ ਸੰਜੂ ਸੋਲੰਕੀ ਭਾਜੀ। ਭਾਜੀ ਦੱਸੋ ਜੀ, ਪ੍ਰਿੰਸੀਪਲ ਸਾਹਿਬ ਆਪਣਾ ਕਰੈਕਟਰ ਦੱਸ ਦਿਓ। ਬਹੁਤ ਹੀ ਫਿਲਮ ਪਿਆਰੀ ਫਿਲਮ ਹੈ, ਬੜਾ ਮਜ਼ਾ ਆਇਆ ਆਸ਼ੀਸ਼ ਨਾਲ ਕੰਮ ਕਰਕੇ। ਬਾਕੀ ਜਿਹੜੀ ਮੇਰੀ ਤਾਰੀਫ 'ਚ ਇਹਨਾਂ ਨੇ ਕੁਛ ਸ਼ਬਦ ਕਹੇ, ਮੈਂ ਭਾਵੁਕ ਹੋ ਗਿਆ। ਬਿਕੋਜ਼ ਮੈਂ ਪਿਛਲੇ ਕਈ ਸਾਲਾਂ ਤੋਂ ਮੈਂ ਚਾਹੁੰਦਾ ਸੀਗਾ ਮੇਰੇ ਬਾਰੇ ਗੱਲਾਂ ਹੋਣ, ਬਟ ਪਹਿਲੇ ਦਿਨ ਤਾਂ ਕੋਈ ਵਧੀਆ ਕਰਦਾ ਹੀ ਨਹੀਂ। ਪਹਿਲੇ ਦਿਨ ਤਾਂ ਮੈਂ, ਚਲੋ ਮੇਰੀ ਥੀਏਟਰ ਦੀ ਜਿਹੜੀ ਡੈਬਿਊ ਸੀ ਇਟ ਵਾਸ ਅ ਡਿਜ਼ਾਸਟਰ। ਪਹਿਲੇ ਦਿਨ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਬਾਕੀ ਫਿਲਮ ਬਹੁਤ ਅੱਛੀ ਹੈ। ਆਸ਼ੀਸ਼ ਨੇ ਬਹੁਤ ਮਿਹਨਤ ਨਾਲ ਫਿਲਮ ਡਾਇਰੈਕਟ ਕੀਤਾ। ਇਟਸ ਅ ਬਿਊਟੀਫੁਲ ਫਿਲਮ, ਡਿਫਰੈਂਟ ਕੋਨਸੈਪਟ। ਫਿਲਮ ਬਾਰੇ ਮੈਂ ਤੁਹਾਨੂੰ ਸਿਰਫ ਇੰਨਾ ਹੀ ਦੱਸ ਸਕਦਾ ਕਿ ਫਿਲਮ ਦਾ ਨਾਂ ਹੈ ਚੇਤਾ ਸਿੰਘ। ਉਸ ਤੋਂ ਇਲਾਵਾ ਵੀ ਵੋਂਟ ਰਿਵੀਲ ਐਨੀਥਿੰਗ। ਫਿਲਮ ਦੇਖੋ ਦੈਨ ਯੂ ਰਿਅਲਾਈਜ਼। ਹਾਂਜੀ, ਨਾਓ ਨੈਕਸਟ ਕਰੈਕਟਰ ਜਿਹੜਾ ਹੈਗਾ ਹੈ ਸਾਡੇ ਗੁਰਜੰਟ ਬਾਈ ਜੀ, ਜਿਨ੍ਹਾਂ ਦਾ ਕਰੈਕਟਰ ਹੈ ਜੀ ਮਾਂਗਟ। ਅਤੇ ਕਿਆ ਬਖੂਬ ਇਹਨਾਂ ਨੇ ਕਰੈਕਟਰ ਨਿਭਾਇਆ, ਅਤੇ ਤੁਹਾਨੂੰ ਵੇਖ ਕੇ ਵੀ ਮਜ਼ਾ ਆਊਗਾ ਫਿਲਮ ਦੇ ਵਿੱਚ। ਸਰ ਇੱਧਰ ਬੜੇ ਭੋਲੇ ਜਿਹੇ ਬਣੀ ਫਿਰਦੇ ਹੋ, ਫਿਲਮ 'ਚ ਤੁਸੀਂ ਭੋਲਾ ਕੰਮ ਨਹੀਂ ਕੀਤਾ? ਨਹੀਂ ਦੇਖੋ, ਕੰਮ ਕਰਾਉਣ ਵਾਲੇ ਹੱਥ 'ਚ ਹੁੰਦਾ ਹੈ ਨਾ। ਸਾਡੇ ਡਾਇਰੈਕਟਰ ਸਾਹਿਬ ਨੇ ਕੰਮ ਕਰਵਾਈ ਇਹੋ ਜਿਹਾ ਕਿ ਸ਼ਰੀਫ ਜਿਹੇ ਬੰਦੇ ਨੂੰ ਗੁੰਡਾ ਲੱਗਣ ਲੱਗਤਾ, ਜਿਹਨੂੰ ਪਿੰਡ ਸ਼ਾਇਦ ਕੱਲ੍ਹ ਨੂੰ ਮਤਲਬ ਨਿਆਣੇ ਦੇਖ ਕੇ ਡਰ ਜਾਇਆ ਕਰਨ ਨਾ। ਅਤੇ ਤੁਸੀਂ, ਤੁਹਾਨੂੰ ਕਿੱਦਾਂ ਲੱਗ ਰਿਹਾ ਕਿ ਤੁਹਾਡੀ ਫਿਲਮ ਦਾ ਡਾਇਰੈਕਟਰ ਤੁਹਾਡਾ ਇੰਟਰਵਿਊ ਲੈ ਰਿਹਾ? ਮੈਂ ਤਾਂ ਇੱਕੋ ਗੱਲ ਕਹੂੰ, ਕਹਿੰਦਾ ਉੱਪਰ ਵਾਲਾ ਜੱਬੀ ਦੇ ਤਾਂ ਦੇਤਾ ਛੱਪੜ ਫਾੜ ਕੇ, ਹੈ ਨਾ। ਮੇਰੇ ਨਾਲ ਤਾਂ ਉਹ ਚੀਜ਼ ਹੋਈ ਹੈ ਵੀ ਸਾਡੇ ਡਾਇਰੈਕਟਰ ਸਾਹਿਬ, ਮੇਰੀ ਇੰਟਰਵਿਊ ਡੈਬਿਊ ਉਹ ਵੀ ਸਾਡੇ ਡਾਇਰੈਕਟਰ ਸਾਹਿਬ, ਅਤੇ ਛੋਟੀ ਚੀਜ਼ ਨਹੀਂ ਹੈ ਮੇਰੇ ਲਈ, ਤਾਂ ਬਹੁਤ ਵੱਡੀ ਗੱਲ। ਬਾਕੀ ਸਾਡੀ ਮੂਵੀ ਆਸ਼ੀਸ਼ ਕੁਮਾਰ ਜੀ ਨੇ ਜਿਸ ਅੰਦਾਜ਼ ਨਾਲ ਡਾਇਰੈਕਟ ਕੀਤੀ ਆ, ਇੰਨਾ ਕੁ ਮੈਂ ਜ਼ਰੂਰ ਕਹੂੰਗਾ, ਪੂਰਾ ਜਿਵੇਂ ਕਹਿੰਦਾ ਠੋਕ ਕੇ, ਕਿ ਬਹੁਤ ਡਿਫਰੈਂਟ ਟੇਕਿੰਗ, ਬਹੁਤ ਡਿਫਰੈਂਟ ਤਰੀਕਾ ਉਸ ਨੂੰ ਦਿਖਾਉਣ ਦਾ, ਬਹੁਤ ਵੱਡਾ ਫਰਮਾਇਆ ਗਿਆ। ਟੀਜ਼ਰ ਤੋਂ ਆਈਡੀਆ ਸਾਰਿਆਂ ਨੂੰ ਹੋ ਗਿਆ, ਬਾਕੀ ਪਿਕਚਰ ਵੀ ਬਾਕੀ। ਪ੍ਰਿੰਸ ਭਾਜੀ ਬਾਰੇ ਵੀ ਕੁਝ ਦੱਸ ਦਿਓ ਫਿਰ। ਪ੍ਰਿੰਸ ਭਾਜੀ ਬਾਕਮਾਲ ਨੇ, ਅੱਜ ਉਹ ਇੱਥੇ ਹੈ ਨਹੀਂ, ਪਰ ਉਹ ਪੋਸਟਰ ਪਿੱਛੇ ਪਿਆ ਸਾਨੂੰ ਲੱਗੀ ਜਾਂਦਾ ਉਹ ਇੱਥੇ ਹੀ ਨੇ। ਪ੍ਰਿੰਸ ਭਾਜੀ ਦਾ ਮਤਲਬ ਇੱਦਾਂ ਦਾ ਔਰਾ ਗਾ ਕਿ ਉਹ ਕਿਸੇ ਜਗ੍ਹਾ 'ਤੇ ਨਹੀਂ ਵੀ ਹੁੰਦੇ, ਬਟ ਜੇ ਉਹਦੇ ਗੱਲ ਚੱਲ ਰਹੀ ਹੈ ਤਾਂ ਤੁਸੀਂ ਉਹਨੂੰ ਆਲਦਲ ਫੀਲ ਕਰ ਲੈਂਦੇ ਹੋ ਨਾ। ਇਹ ਜੈਨੂਇਨ ਓਪੀਨੀਅਨ ਟੀਜ਼ਰ ਵੇਖ ਕੇ? ਟੀਜ਼ਰ ਦੇਖ ਕੇ ਤਾਂ ਬਾਕਮਾਲ ਹੀ ਜੀ, ਇਹ ਨਹੀਂ ਕਿ ਆਪਾਂ ਫਿਲਮ ਕੀਤੀ ਹੈ ਸੱਚੀ। ਮੈਂ ਤਾਂ ਹੁਣ ਕਈ ਥਾਵਾਂ ਇਹੋ ਜਿਹੀ ਰਿਵਿਊ ਲੈ ਰਿਹਾ ਕਿ ਜਿੱਥੇ ਮਾਰਕੀਟ ਦੇ ਵਿੱਚ ਟੀਜ਼ਰ ਘੁੰਮ ਰਿਹਾ ਤਾਂ ਆਪਾਂ ਦੱਸੀ ਪੁੱਛੀ ਦੀ ਨੇ ਕੁਛ ਕਿ ਪਾਰਟ ਹੈਗੇ ਆ ਜਾਂ ਕਿਵੇਂ ਹੈਗੇ ਆ ਨਾ, ਬਟ ਵਾਹ ਵਾਹ ਹੋ ਰਹੀ ਆ। ਠੀਕ ਹੈ ਜੀ, ਇਹ ਮਾਹੌਲ ਬਹੁਤ ਵਧੀਆ ਬਣ ਗਿਆ ਉਰੇ, ਅਤੇ ਮੈਨੂੰ ਲੱਗਦਾ ਕਿ ਤੁਹਾਨੂੰ ਫਿਲਮ ਜਿਹੜੀ ਹੈਗੀ ਉਹ ਜ਼ਰੂਰ ਵੇਖਣੀ ਚਾਹੀਦੀ ਹੈ। ਮੇਰੀ ਪਰਸਨਲ ਅਪੀਲ ਹੈ, ਮੇਰੀ ਡੈਬਿਊ ਫਿਲਮ ਆ, ਬਟ ਦਰਸ਼ਕਾਂ ਨੂੰ ਇਹੀ ਅਪੀਲ ਹੈ ਕਿ ਚੈਨਲ ਤਾਂ ਤੁਸੀਂ ਵੇਖਦੇ ਹੀ ਰਹਿੰਦੇ ਹੋ ਰੋਜ਼, ਫਿਲਮ ਵੀ ਜ਼ਰੂਰ ਵੇਖਿਓ, ਅਤੇ ਸਾਰੀ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਏ ਬੀ ਪੀ ਸਾਂਝਾ 'ਤੇ। ਅਤੇ ਮੈਂ ਤੁਹਾਨੂੰ ਮਿਲਾਉਣਾ ਆਪਣੀ ਫਿਲਮ ਦੀ ਨੈਕਸਟ ਹੀਰੋਇਨ ਹੀਰੋਇਨ ਦੇ ਨਾਲ। ਓ ਵਾਓ ਮੈਮ, ਕਿਵੇਂ ਹੋ ਤੁਸੀਂ? ਕਿੱਦਾਂ? ਆਮ ਗੁੱਡ ਹਾਊ ਯੂ ਸਰ? ਮੈਂ ਤੁਸੀਂ ਰਿਪੋਰਟਿੰਗ ਵੀ ਸ਼ੁਰੂ ਕਰ? ਮੈਂ ਰਿਪੋਰਟਿੰਗ ਐਕਚੁਅਲੀ ਪਤਾ ਕੀ ਹੈ, ਜਿਹੜੇ ਸਾਡੇ ਚੈਨਲ ਦੇ ਭਾਜੀ ਉਹਨਾਂ ਨੇ ਜਿਹੜੇ ਇਸ ਦਿਨ ਨੂੰ ਸ਼ੂਟ ਕਰ ਰਹੇ ਨੇ, ਉਹ ਕਹਿੰਦੇ ਭਾਜੀ ਤੁਸੀਂ ਅੱਜ ਹੋਸਟ ਕਰੋ। ਮੈਂ ਉਹਨਾਂ ਨਾਲ ਵੀ ਮਿਲਾਵਾਂਗਾ ਜਿਹੜੇ ਹੋਸਟ ਕਰਦੇ ਆ ਐਕਚੁਅਲੀ। ਬਟ ਯੂ ਆਰ ਡੂਇੰਗ ਇਟ ਗ੍ਰੇਟ, ਥੈਂਕ ਯੂ। ਤੁਸੀਂ ਫਿਲਮ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ, ਉਹ ਤਾਂ ਮੈਨੂੰ ਪਤਾ। ਥੋੜ੍ਹਾ ਜਿਹਾ ਆਡੀਅੰਸ ਨੂੰ ਵੀ ਦੱਸ ਦਿਓ ਕਿ ਤੁਹਾਨੂੰ ਕਿੱਦਾਂ ਦਾ ਐਕਸਪੀਰੀਅੰਸ ਲੱਗਿਆ ਫਿਲਮ ਦੇ ਵਿੱਚ। 25 ਦਿਨ ਕਹਿ ਕੇ 40 ਦਿਨ ਕੰਮ ਕਰਾਇਆ ਤੁਹਾਡੇ ਤੋਂ, ਬਟ ਦੇਖੋ 40 ਦਿਨ ਫੀਲ ਨਹੀਂ ਹੋਇਆ, ਇਟ ਵਾਸ ਜਸਟ ਲਾਈਕ ਕਿ ਹਫਤੇ 'ਚ ਅਸੀਂ ਸਾਰਾ ਕੁਛ ਰੈਪ ਕਰਤਾ। ਨਹੀਂ, ਇਹ ਨਹੀਂ ਕਹੂੰਗੀ, ਅਸੀਂ ਸੱਚੀ 40 ਦਿਨ ਸ਼ੂਟ ਕੀਤਾ, ਇਟਸ ਨੋ ਜੋਕ। ਅਤੇ ਮੈਨੂੰ ਨਹੀਂ ਲੱਗਦਾ 40 ਦਿਨ 'ਚ ਅਸੀਂ ਇੱਕ ਦਿਨ ਵੀ ਫ੍ਰੀ ਬੈਠੇ ਹਾਂ। ਐਵਰੀਬਡੀ ਡਿਡ ਦ ਬੈਸਟ, ਆਈ ਮੀਨ ਜਿਹੜਾ ਇੱਕ ਇਨਸਾਨ ਆਪਦਾ ਬੈਸਟ ਦੇ ਸਕਦਾ ਹੈ। ਆਸ਼ੀਸ਼ ਸਰ ਵਾਸਤੇ ਤਾਂ ਆਈ ਲਾਈਕ ਆਈ ਡੋਂਟ ਹੈਵ ਵਰਡਸ ਫੋਰ ਹਿਮ, ਹੀ ਡਨ ਅ ਗ੍ਰੇਟ 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 ਜੋਬ। ਮਤਲਬ ਮੈਂ ਕਦੀ ਨਹੀਂ ਸੋਚ ਸਕਦੀ ਵੀ ਕਿਸੇ ਦਾ ਡੈਬਿਊ ਇੰਨਾ ਸਟਰੋਂਗ ਹੋ ਸਕਦਾ ਹੈ। ਯੂ ਹੈਵ ਡਨ ਅ ਗ੍ਰੇਟ ਜੋਬ, ਥੈਂਕ ਯੂ ਸੋ ਮਚ। ਮਤਲਬ ਇੰਨੀ ਤਾਰੀਫ ਤੁਸੀਂ, ਮੈਂ ਤਾਂ ਨਹੀਂ ਕਿਹਾ ਤੁਹਾਨੂੰ। ਨੋ, ਪ੍ਰਿੰਸ ਭਾਜੀ ਬਾਰੇ ਕੀ ਕਹਿਣਾ ਚਾਹੋਗੇ? ਪ੍ਰਿੰਸ ਕਮਲਜੀਤ ਸਿੰਘ ਜਿਨ੍ਹਾਂ ਨੇ ਪਹਿਲਾਂ ਆਪਣੀ ਫਿਲਮ ਕੀਤੀ ਸੀਗੀ ਜਿਹਦੇ ਵਿੱਚ ਤੁਸੀਂ ਹੀਰੋਇਨ ਸੀਗੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਦੇਖੋ, ਉਹਨਾਂ ਬਾਰੇ ਕੁਛ ਕਹਿਣ ਦੀ ਲੋੜ ਨਹੀਂ। ਆਈ ਗੈਸ ਐਵਰੀਬਡੀ ਨੋਜ਼ ਅਬਾਊਟ ਪ੍ਰਿੰਸ ਕਮਲਜੀਤ ਸਰ, ਹੈ ਨਾ। ਹੀ ਇਜ਼ ਅ ਗ੍ਰੇਟ 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 ਪਰਫੋਰਮਰ, ਐਂਡ ਅਗੇਨ ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਸੋਹਣਾ ਐਕਸਪੀਰੀਅੰਸ ਸੀਗਾ। ਪਹਿਲਾਂ ਅਸੀਂ ਬੋਰਡਿੰਗ 'ਚ ਇਕੱਠੇ ਕੰਮ ਕੀਤਾ ਸੀ, ਐਂਡ ਅਗੇਨ ਇਨ ਦਿਸ ਇਹਦੇ 'ਚ ਸਾਡਾ ਚੇਤਾ ਸਿੰਘ ਦੇ ਨਾਲ ਆਇਆ ਵੈਰੀ ਵੈਰੀ ਕਲੋਜ ਰਿਲੇਸ਼ਨ, ਐਂਡ ਉਹ ਤੁਹਾਨੂੰ ਰਿਵੀਲ ਹੋਏਗਾ ਵੀ ਉਹ ਕਿਵੇਂ ਹੈ, ਕੀ ਹੈ, ਆਲ ਦੀ ਕੈਲਕੂਲੇਸ਼ਨਸ ਆਰ ਦੇਅਰ ਇਨ ਦ ਮੂਵੀ, ਅਤੇ ਜਸਟ ਗੋ ਐਂਡ ਵਾਚ ਇਟ, ਇਟਸ। ਚਲੋ, ਤੁਹਾਨੂੰ ਨੈਕਸਟ ਕਰੈਕਟਰ ਨਾਲ ਮਿਲਾਉਂਦੇ ਹਾਂ। ਪੋਜ਼ਿਟਿਵ ਕਰੈਕਟਰ ਵੀ ਤੁਸੀਂ ਮਿਲੇ, ਤੁਸੀਂ ਨੈਗੇਟਿਵ ਵੀ ਮਿਲੇ। ਇੱਕ ਤੁਹਾਨੂੰ ਕਰੈਕਟਰ ਮਿਲਾਉਂਦੇ ਹਾਂ ਜਿਹੜੇ ਸਾਡੇ ਹੈਗੇ, ਜਿਹੜੇ ਕਿਸੇ ਤਾਰੀਫ ਦੇ ਮੁਹਤਾਜ ਨਹੀਂ ਹੈਗੇ, ਮਿਸਟਰ ਨਗਿੰਦਰ ਗੱਖੜ ਸਰ। ਸਰ ਜੀ ਦੱਸੋ, ਫਿਲਮ ਬਾਰੇ ਦੱਸੋ।
मैं देखो तुहाडे नाल पहला भी बहुत काम किया, बहुत अच्छा काम करते हो, तुसी बहुत अच्छी डायरेक्शन है तुहाडी, और आशीष कुमार जी बहुत वधिया काम करते हो। मैं एक्चुअली होस्ट कर रहा ना, तो थोड़ा जा ओवर एक्ट मैनू करना पै रहा है ना। हाँ बिल्कुल बिल्कुल, तो इस फिल्म दे विच काम करके मैनू बड़ा मजा आया। चेता सिंह एक वक्खरा जिहा नाम है, मतलब कई लगता, कई मैं पुछते हैं यार चेता सिंह कौन हुंदा, मैं पुराने पिंडां दे विच साडे ना चेता सिंह करैक्टर हुंदे सीगे, मतलब नाम हुंदे सी पिंडां दे विच। ਤਾਂ ਬਹੁਤ ਅੱਛਾ ਕੰਮ ਕੀਤਾ ਤੁਸੀਂ, ਮਤਲਬ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਤੁਸੀਂ ਕਰਵਾਇਆ। ਭਾਅ ਜੀ ਸੈੱਟ 'ਤੇ ਕਿੱਦਾਂ ਦਾ ਐਕਸਪੀਰੀਅੰਸ ਸੀਗਾ ਜਦੋਂ ਤੁਸੀਂ ਸੈੱਟ 'ਤੇ ਆਏ ਫਸਟ ਡੇ, ਕਿੱਦਾਂ ਦਾ ਲੱਗਿਆ ਤੁਹਾਨੂੰ ਉਹ ਮਾਹੌਲ ਜਿਹੜਾ ਆਪਾਂ ਟੀਜ਼ਰ 'ਚ ਦਿਖਾਇਆ, ਉਹ ਹੱਡਾਂ ਵਾਲਾ ਮਾਹੌਲ, ਉਹ ਪੂਰਾ ਹੱਡਾ ਰੋੜੀ ਵਾਲਾ? ਇਹ ਫਸਟ ਟਾਈਮ ਆਪਾਂ ਸ਼ੂਟ ਕੀਤਾ ਪੰਜਾਬ 'ਚ, ਪਹਿਲਾਂ ਕਿਸੇ ਫਿਲਮ 'ਚ ਪੰਜਾਬ 'ਚ ਕੀ ਬਾਲੀਵੁੱਡ 'ਚ ਵੀ ਕਿਸੇ ਫਿਲਮ 'ਚ ਉਹ ਸੈਟਅਪ ਨਹੀਂ ਯੂਜ਼ ਹੋਇਆ, ਜਿਹੜੀ ਸੱਚੀ ਗੱਲ ਆ। ਮੈਂ ਇਹ ਨਹੀਂ ਕਿ ਆਪਾਂ ਕੀਤਾ ਉਹ ਨਹੀਂ ਹੋਇਆ, ਤੁਹਾਨੂੰ ਕਿੱਦਾਂ ਲੱਗਿਆ? ਆਪਾਂ ਬਹੁਤ ਇਕੱਠੇ ਕੰਮ ਕੀਤਾ ਹੈ ਨਾ, ਤਾਂ ਆਪਾਂ ਤਿੰਨ ਤਰ੍ਹਾਂ ਦੇ ਸੈੱਟ 'ਤੇ ਇਕੱਠੇ ਹੋਏ ਸੀਗੇ। ਪਹਿਲਾਂ ਤਾਂ ਆਪਾਂ ਜਦੋਂ ਸੋਲਨ ਸਾਈਡ ਸ਼ੂਟ ਕੀਤਾ ਸੀਗਾ, ਕੈਦੀ ਸਾਰੇ ਇਕੱਠੇ ਹੋਏ ਸੀਗੇ, ਤਾਂ ਸਾਰੇ ਐਂ ਲੱਗਦਾ ਸੀਗਾ ਵੀ ਜੇਲ੍ਹ ਦੇ ਵਿੱਚ ਸਾਰਿਆਂ ਨੂੰ ਸਜ਼ਾ ਦਿੱਤੀ ਹੋਈ ਹੈ ਵਾਕਿਆ। ਔਰ ਜਿਵੇਂ ਭੁੱਲਰ ਭਾਜੀ ਸੀਗੇ, ਮਹਾਂਵੀਰ ਭੁੱਲਰ ਸੀ, ਮੈਂ ਸੀਗਾ ਉੱਥੇ, ਹੋਰ ਬਹੁਤ ਸਾਰੇ ਆਰਟਿਸਟ ਸੀ, ਪ੍ਰਿੰਸ ਕਮਲਜੀਤ ਸੀ, ਤਾਂ ਗੱਡੀਆਂ ਆ ਰਹੀਆਂ ਪਹਾੜ ਦੇ ਵਿੱਚ, ਪਹਾੜ ਤੋੜ ਰਹੇ ਆ, ਹਥੌੜਿਆਂ ਨਾਲ ਪਹਾੜ ਤੋੜ ਰਿਹਾ, ਮਤਲਬ ਇੱਦਾਂ ਲੱਗ ਰਿਹਾ ਸੀਗਾ ਵੀ ਜਿਵੇਂ ਦੀਵਾਰ ਫਿਲਮ ਦਾ ਸ਼ੂਟ ਚੱਲ ਰਿਹਾ ਹੁੰਦਾ ਨਾ। ਅਤੇ ਠੰਡ, ਠੰਡ ਬਹੁਤ ਜ਼ਿਆਦਾ ਸੀਗੀ, ਔਰ ਸਾਡੇ ਪਤਲੇ ਪਤਲੇ ਕੁੜਤੇ, ਪਤਲੇ ਪਤਲੇ ਕੁੜਤੇ ਪਾਏ ਹੋਏ ਆ ਸਾਡੇ, ਔਰ ਅਸੀਂ ਲੇਟੇ ਮਾਰ ਕੇ ਆਪਣੇ ਕੱਪੜੇ ਖਰਾਬ ਕੀਤੇ, ਔਰ ਉੱਦਾਂ ਹੀ ਬੈਠੇ ਰਹਿੰਦੇ ਸੀ ਜਿਵੇਂ ਤੁਸੀਂ ਬਿਠਾਉਂਦੇ ਸੀ। ਚਲੋ ਫਿਰ ਹੁਣ ਮੇਰਾ ਵੀ ਇੰਟਰਵਿਊ ਲੈ ਲਓ, ਤੁਸੀਂ ਮੇਰੇ ਤੋਂ ਵੀ ਪੁੱਛ ਲਓ ਕੁਛ ਜੇ ਪੁੱਛਣਾ। ਅੱਛਾ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਤੁਹਾਡੀ ਸੋਚ ਜਿੱਦਾਂ ਦੀ ਸੀ, ਆਪਾਂ ਸ਼ੁਰੂ ਤੋਂ ਕੰਮ ਕਰਦੇ ਆਉਂਦੇ ਸੀਗੇ, ਤਾਂ ਆਸ਼ੀਸ਼ ਕੁਮਾਰ ਜੀ ਮਤਲਬ ਬੰਟੀ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਇਹ ਜਿਹੜੀ ਇੱਦਾਂ ਦੀ ਫਿਲਮ ਜਿਹੜੀ ਆ, ਤੁਸੀਂ ਹੱਡਾ ਰੋੜੀ ਅਤੇ ਇੱਧਰ ਮਤਲਬ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਜੇਲ੍ਹ ਦੀ ਸਜ਼ਾ, ਇਹ ਇੱਦਾਂ ਦੀ ਫਿਲਮ ਬਣਾਉਣ ਦਾ ਇਰਾਦਾ ਕਿਵੇਂ ਆਇਆ ਤੁਹਾਡਾ? ਭਾਅ ਜੀ ਫਿਲਮ ਦੀ ਦੇਖੋ ਤਕਰੀਬਨ ਹੁਣ ਕਹਿਣ ਵਾਲੀ ਗੱਲਾਂ ਨੇ, ਕਹਾਣੀਆਂ ਸੇਮ ਹੀ ਹੁੰਦੀਆਂ ਨਾ, ਬੰਦੇ ਕਹਿੰਦੇ ਸੇਮ ਆ, ਇਹ ਕਹਾਣੀ ਤਾਂ ਆਪਣੀ ਡਿਫਰੈਂਟ ਸੀਗੀ। ਮੈਂ ਇਹਨੂੰ ਨਵੇਂ ਤਰੀਕੇ ਦੀ ਕੋਟਿੰਗ ਦੇ ਵਿੱਚ ਪੇਸ਼ ਕੀਤਾ ਨਾ। ਮੇਰੀ ਸੋਚ ਸੀਗੀ ਕਿ ਜਿੱਦਾਂ ਸਾਊਥ ਦੀਆਂ ਫਿਲਮਾਂ ਨੇ ਹੈ ਨਾ, ਆਪਾਂ ਉਹਨੂੰ ਦੇਖਦੇ ਹਾਂ, ਕਹਾਣੀ ਉਹੀ ਹੁੰਦੀ ਹੈ, ਬਟ ਉਹਨਾਂ ਨੇ ਜਿਹੜਾ ਤਰੀਕਾ ਹੁੰਦਾ ਦਿਖਾਉਣ ਦਾ, ਜਿਹੜਾ ਜਿਸ ਕੈਨਵਸ 'ਤੇ ਉਹ ਸ਼ੂਟ ਕਰਦੇ ਨੇ, ਮੇਰੀ ਕੋਸ਼ਿਸ਼ ਇਹ ਹੈ ਕਿ ਇਹਨੂੰ ਮੈਂ ਵੱਡੇ ਕੈਨਵਸ 'ਤੇ ਦਿਖਾਵਾਂ, ਲੋਕਾਂ ਨੂੰ ਉਹ ਚੀਜ਼ ਦਿਖਾਵਾਂ ਜਿਹੜੀ ਉਹਨਾਂ ਨੇ ਪਹਿਲਾਂ ਨਹੀਂ ਦੇਖੀਆਂ। ਨੋਰਮਲੀ ਕੋਮੇਡੀ ਫਿਲਮਸ ਦੇਖਦੇ ਹਾਂ, ਰੋਮੈਂਟਿਕ ਦੇਖਦੇ ਹਾਂ, ਔਰ ਕਾਫੀ ਸਟੋਰੀਜ਼ ਹੁਣ ਕ੍ਰਿਮੀਨਲਸ ਦੇ ਉੱਤੇ ਵੀ ਕਾਫੀ ਸਟੋਰੀਜ਼, ਜਿਹੜੀ ਕਾਫੀ ਫਿਲਮਾਂ ਆਈਆਂ ਜਿਹੜੀ ਲੋਕਾਂ ਨੇ ਐਕਸ਼ਨ ਫਿਲਮਾਂ ਪਸੰਦ ਕੀਤੀਆਂ, ਹੈ ਨਾ, ਕਿਉਂਕਿ ਆਡੀਅੰਸ ਨੂੰ ਪਤਾ, ਉਹਨਾਂ ਨੂੰ ਪਤਾ ਕਿ ਕੁਛ ਡਿਫਰੈਂਟ ਦੇਖਣ ਨੂੰ ਮਿਲੂਗਾ। ਇੱਕ ਚੀਜ਼ ਰੈਪੀਟੇਸ਼ਨ 'ਚ ਤੁਸੀਂ ਕਿੰਨੀ ਵਾਰ ਦੇਖ ਲਉਂਗੇ, ਅਤੇ ਮੈਂ ਆਡੀਅੰਸ ਨੂੰ ਵੀ ਇਹੀ ਕਹੂੰਗਾ ਕਿ ਤੁਸੀਂ ਬਿਲਕੁਲ ਨਿਰਾਸ਼ ਨਹੀਂ ਹੋਊਂਗੇ ਫਿਲਮ ਦੇਖਣ ਵੇਲੇ, ਅਤੇ ਤੁਹਾਨੂੰ ਮਜ਼ਾ ਆਊਗਾ, ਤੁਹਾਨੂੰ ਨਵੇਂ ਤਰੀਕੇ ਦਾ ਸਕਰੀਨ ਪਲੇ, ਨਵੇਂ ਤਰੀਕੇ ਦੀ ਸਟੋਰੀ, ਅਤੇ ਸਭ ਤੋਂ ਵੱਡਾ ਵਿਜੂਅਲਸ, ਅਤੇ ਸਾਡਾ ਜਿੰਨਾ ਟਾਈਮ ਸ਼ੂਟ ਕਰਦੇ ਲੱਗਿਆ ਉਸ ਤੋਂ ਜ਼ਿਆਦਾ ਟਾਈਮ ਪੋਸਟ 'ਤੇ ਲੱਗਿਆ। ਬਿਲਕੁਲ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਬਿਲਕੁਲ ਪਤਾ ਲੱਗੂਗਾ ਕਿ ਅਸੀਂ ਕੀ ਸ਼ੂਟ ਕੀਤਾ, ਅਤੇ ਟੀਜ਼ਰ ਦੇ ਵਿੱਚ ਹੁਣ ਟ੍ਰੇਲਰ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ, ਅਤੇ ਹੋਪ ਸਾਰਾ ਵਧੀਆ ਹੀ। ਬਹੁਤ ਯੂਜ਼ ਕੀਤਾ VFX ਭਾਅ ਜੀ? ਹਾਂਜੀ, ਐਕਚੁਅਲ 'ਚ ਕਾਫੀ ਇੱਦਾਂ ਦੇ ਸ਼ਾਰਟ ਨੇ ਜਿਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ। ਸਾਰਾ ਕੰਮ ਸਾਡਾ ਜਿਹੜਾ ਪੋਸਟ ਦਾ ਮੈਕਸੀਮਮ ਮੁੰਬਈ ਹੋਇਆ, ਅਤੇ ਵੱਡੇ ਸਟੂਡੀਓ ਜਿਹੜੇ ਫੇਮਸ ਨੇ ਵੱਡੀਆਂ ਵੱਡੀਆਂ ਫਿਲਮਾਂ ਕਰਨ ਦੇ, ਉੱਥੇ ਸਾਡਾ ਕੰਮ ਹੋਇਆ, ਅਤੇ ਐਡੀਟਰ ਤੋਂ ਲੈ ਕੇ ਜਿਹੜੇ DOP ਨੇ ਉਹਨਾਂ ਨੇ ਬਹੁਤ ਫਿਲਮਾਂ ਕੀਤੀਆਂ। ਵਿਕਰਮ ਭੱਟ ਦੇ ਬੈਨਰ ਦੇ DOP ਨੇ, ਉਹਨਾਂ ਨੇ 1920 ਐਂਡ ਆਲ, ਮਿਸਟਰ ਮੋਹਨ ਵਰਮਾ, ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਐਡੀਟਰ ਰੋਹਿਤ ਧੀਮਾਨ, ਉਹਨਾਂ ਨੇ ਪੋਸਟ 'ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਸਾਡਾ ਆਫਟਰ ਪਲੇ ਸਟੂਡੀਓਜ਼ ਦੇ ਵਿੱਚ ਜਿਹੜਾ ਹੈਗਾ ਪੋਸਟ ਦਾ ਕੰਮ ਹੋਇਆ, ਅਤੇ ਉਸ ਤੋਂ ਇਲਾਵਾ ਸਾਰਿਆਂ ਨੇ ਸੱਚੀ ਬਹੁਤ ਮਿਹਨਤ ਕੀਤੀ। ਅਤੇ ਪ੍ਰਿੰਸ ਭਾਅ ਜੀ, ਥੈਂਕ ਯੂ ਸੋ ਮੱਚ, ਤੁਸੀਂ ਇੰਨੀ ਜ਼ਿਆਦਾ ਜਾਨ ਪਾਤੀ ਫਿਲਮ ਦੇ ਵਿੱਚ, ਅਤੇ ਤੁਹਾਡਾ ਐਕਟ ਤਾਂ ਸਾਰਿਆਂ ਨੂੰ ਪਤਾ ਹੀ ਸੀਗਾ, ਲੇਕਿਨ ਪੰਮਾ ਹੁਣ ਚੇਤਾ ਬਣ ਗਿਆ, ਅਤੇ ਚੇਤੇ ਨੂੰ ਤੁਸੀਂ ਦੇਖੋਗੇ ਇੱਕ ਨਵੇਂ ਰੂਪ ਦੇ ਵਿੱਚ। ਥੈਂਕ ਯੂ ਸੋ ਮੱਚ। ਔਰ ਮੈਂ ਆਡੀਅੰਸ ਨੂੰ ਇਹੀ ਕਹਿਣਾ ਚਾਹੁੰਦਾ ਕਿ ਦੇਖੋ, ਸਾਗਾ ਰੇਡੀਓਜ਼ ਨੇ ਇਹ ਫਿਲਮ ਬਣਾਈ ਹੈ, ਬਹੁਤ ਅੱਛੀ ਫਿਲਮ ਹੈ, ਔਰ ਮੈਂ ਮੇਰੇ ਖਿਆਲ ਦੇ ਵਿੱਚ 125 ਦੇ ਕਰੀਬ ਫਿਲਮਾਂ ਕਰ ਚੁੱਕਿਆ, ਔਰ ਜਿਹੜੀ ਚੇਤਾ ਸਿੰਘ ਬਿਲਕੁਲ ਅਲੱਗ ਕੰਸੈਪਟ ਹੋਏਗਾ। ਆਸ਼ੀਸ਼ ਕੁਮਾਰ ਸਾਡੇ ਬੰਟੀ ਵੀਰ, ਬਹੁਤ ਪਿਆਰਾ ਕੰਮ ਕੀਤਾ ਇਹਨਾਂ ਨੇ, ਔਰ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ। ਮੈਂ ਵੀ ਬੜਾ ਵਧੀਆ ਹੋ ਗਈ ਹੋਏ ਐਕਸਪੀਰੀਅੰਸ, ਜਿਹੜਾ ਕਹਿੰਦੇ ਨਾ ਕਿ ਕੈਮਰੇ ਦੇ ਮੂਹਰੇ ਆ ਕੇ ਪਤਾ ਲੱਗਦਾ ਕਿੰਨੇ ਪਾਣੀ 'ਚ ਤੁਸੀਂ, ਅਤੇ ਆਪਾਂ ਐਕਟਰਾਂ ਤੋਂ ਤਾਂ ਕੰਮ ਕਰਾਈਦਾ ਹੀ ਹੈ, ਲੇਕਿਨ ਕੈਮਰੇ ਮੂਹਰੇ ਆ ਕੇ ਪਤਾ ਲੱਗਿਆ ਕਿ ਬਾਕੀ ਬੋਲਣਾ ਕਿੰਨਾ ਔਖਾ। ਅਤੇ ਜੇ ਕੋਈ ਗਲਤੀ ਹੋਈ ਉਸ ਮਾਫ਼ੀ ਉਹਦੇ ਲਈ, ਅਤੇ ਸਾਰੇ ਪਲੀਜ਼ ਫਿਲਮ ਦੇਖਣ ਜਾਇਓ, ਅਤੇ ABP ਸਾਂਝਾ ਨੂੰ ਇੱਦਾਂ ਹੀ ਦੇਖਦੇ ਰਹੋ, ਇੱਦਾਂ ਹੀ ਪਸੰਦ ਕਰਦੇ ਰਹੋ। ਲਵ ਯੂ ਆਲ, ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ।